ਐਂਟਰੈਂਸ ਤੇ ਲੱਗੇ ਝੂਮਰ, ਫੁੱਲਾਂ ਦੇ ਬਣੇ ਦਰਵਾਜ਼ੇ, ਸਟੇਜ ਤੇ ਲੱਗੀਆਂ ਲੜੀਆਂ, ਤਸਵੀਰਾਂ ਕਿਸੇ ਮੈਰਿਜ ਪੈਲੇਸ ਦੀਆਂ ਨਹੀਂ ਬਲਕਿ ਇੱਕ ਸਰਕਾਰੀ ਸਕੂਲ ਦੀਆਂ ਨੇ ਜਿਸ ਨੂੰ ਬਿਲਕੁਲ ਹੀ ਮੈਰਿਜ ਪੈਲੇਸ ਦੀ ਤਰ੍ਹਾਂ ਸਜਾਇਆ ਗਿਆ ਹੈ। ਪਰ ਇੱਥੇ ਕੋਈ ਵਿਆਹ ਸਮਾਗਮ ਨਹੀਂ ਹੋ ਰਿਹਾ ਬਲਕਿ ਨੰਨੀਆਂ ਪੈੜਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਆਪਣੀ ਹੁਨਰ ਨੂੰ ਉਜਾਗਰ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਸਰਕਾਰੀ ਸਕੂਲ ਦੀਆਂ ਨੇ ਤੇ ਇੱਥੇ ਬੱਚਿਆਂ ਦੇ ਵੱਲੋਂ ਆਪਣੇ ਹੁਨਰ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਨੇ ਸਾਰਿਆਂ ਦਾ ਹੀ ਦਿਲ ਜਿੱਤ ਲਿਆ। ਨਿੱਕੇ ਨਿੱਕੇ ਬੱਚਿਆਂ ਦੇ ਵੱਲੋਂ ਸਟੇਜ ਤੇ ਪਰਫਾਰਮੈਂਸ ਦਿੱਤੀ ਗਈ ਹੈ ਤੇ ਨਾਲ ਹੀ ਬਾਕੀ ਬੱਚਿਆਂ ਨੂੰ ਪੜ੍ਹਨ ਲਿਖਣ ਦਾ ਸੁਨੇਹਾ ਦਿੱਤਾ ਹੈ। ਸਿੱਖਿਆ ਅਫਸਰ ਦੇ ਵੱਲੋਂ ਇੱਥੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ। ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਬੱਚਿਆਂ ਨੂੰ ਨਿੱਜੀ ਸਕੂਲਾਂ ਦੀ ਥਾਂ ਤੇ ਸਰਕਾਰੀ ਸਕੂਲਾਂ 'ਚ ਪੜ੍ਹਾਇਆ ਜਾਏ ਜਿੱਥੇ ਸਿੱਖਿਆ ਤਾਂ ਮੁਫਤ ਮਿਲਦੀ ਹੈ ਨਾਲ ਹੀ ਬੱਚਿਆਂ ਨੂੰ ਉਹਨਾਂ ਦੇ ਹੁਨਰ ਪ੍ਰਤੀ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ। ਇਹ ਤਸਵੀਰਾਂ ਨਾਭਾ ਦੇ ਇੱਕ ਸਰਕਾਰੀ ਸਕੂਲ ਦੀਆਂ ਨੇ ਜਿਸ ਵਿੱਚ ਅਧਿਆਪਕਾਂ ਤੇ ਸਿੱਖਿਆ ਅਫਸਰ ਦੇ ਵੱਲੋਂ ਮਿਲ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਨੰਨੀਆਂ ਪੈੜਾਂ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਵੀ ਆਪਣੇ ਹੁਨਰ ਨੂੰ ਖੂਬ ਦਰਸਾਇਆ ਹੈ ਜਿਸ ਦੀ ਹਰ ਕੋਈ ਤਾਰੀਫ ਵੀ ਕਰ ਰਿਹਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਕੂਲ 'ਚ ਫੰਕਸ਼ਨ ਕਰਾਉਣ ਨੂੰ ਲੈ ਕੇ ਮਾਪਿਆਂ ਤੋਂ ਮੋਟੇ ਪੈਸੇ ਲਏ ਜਾਂਦੇ ਨੇ, ਫੀਸਾਂ ਲਈ ਜਾਂਦੀਆਂ ਨੇ, ਪਰ ਇੱਥੇ ਆਪਣੇ ਖਰਚੇ ਤੇ ਉਹਨਾਂ ਦੇ ਵੱਲੋਂ ਇਸ ਸਾਰੀ ਸਜਾਵਟ ਕੀਤੀ ਗਈ ਹੈ ਤਾਂ ਜੋ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ ਤੇ ਉਹ ਵੀ ਸਰਕਾਰੀ ਸਕੂਲਾਂ 'ਚ ਪੜ੍ਹਨ 'ਚ ਦਿਲਚਸਪੀ ਦਿਖਾਉਣ। ਅੱਜ ਨੰਨੀਆਂ ਪੈੜਾਂ ਸੈਂਟਰ ਮਟੋਡਾ ਬਲਾਕ 502 ਵੱਲੋਂ ਰੱਖਿਆ ਪ੍ਰੋਗਰਾਮ ਹੈ। ਅਸੀਂ ਇਹ ਪ੍ਰੋਗਰਾਮ ਇਸ ਭਾਵਨਾ 'ਚ ਰੱਖਿਆ, ਅਸੀਂ ਸੈਂਟਰ ਮਟੋਡਾ ਦੇ 8 ਪਿੰਡ ਨੇ, 8 ਪਿੰਡਾਂ ਦੇ ਵਿੱਚ ਅਸੀਂ ਹਰ ਘਰ 'ਚ ਇਹਦਾ ਸੱਦਾ ਦਿੱਤਾ ਅਤੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਉਹ ਬਹੁਤ ਬਿਹਤਰ ਨੇ ਔਰ ਸਮਾਜ ਦਾ ਚੰਗਾ ਭਵਿੱਖ ਸਰਕਾਰੀ ਸਕੂਲਾਂ ਨੇ ਬਣਨਾ ਹੈ, ਇਸ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲੈ ਕੇ ਆਓ ਅਤੇ ਸਾਡੇ ਬੱਚਿਆਂ ਦੀ ਜਿਹੜੀ ਪਰਫੋਰਮੈਂਸ ਹੈ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਦੇਖੋ। ਅਸੀਂ ਵੀ ਜਿਹੜੇ ਪੈਸੇ ਨਾਲ ਦੁਕਾਨਨੁਮਾ ਚੱਲਦੇ ਪ੍ਰਾਈਵੇਟ ਸਕੂਲਾਂ ਤੋਂ, ਕਿਤੇ ਜ਼ਿਆਦਾ ਸਾਰੇ ਸਾਡੇ ਜਿਹੜੇ ਬੱਚੇ ਨੇ ਉਹ ਵਧੀਆ ਪਰਫੋਰਮ ਕਰ ਰਹੇ ਨੇ, ਇਸ ਲਈ ਆਓ, ਸਾਰੇ ਲੋਕਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਇੱਥੇ ਆ ਕੇ ਦੇਖੋ ਅਤੇ ਸਕੂਲਾਂ ਦੀ ਬਿਹਤਰੀ ਲਈ ਮਿਲ ਜੁਲ ਹੋ ਕੇ ਜਿਹੜਾ ਆਪਾਂ ਵਧੀਆ ਬਣਾਉਣ ਦਾ ਜਦੋਂ ਜਹਿਦ ਜਿਹੜੀ ਕਰੀਏ ਅਤੇ ਦਾਖਲਾ ਜਿਹੜਾ ਸਕੂਲਾਂ ਦੇ ਬੱਚਿਆਂ ਦਾ ਵਧਾਈਏ। ਕਿੰਨੇ ਪਿੰਡਾਂ ਦੇ ਸਕੂਲ ਦੇ ਜਿਹੜੇ ਇੱਥੇ ਪਾਰਟਿਸਪੇਟ ਕਰਦੇ? ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ 2500 ਘਰ ਸੀ, 2500 ਘਰਾਂ 'ਚ ਅਸੀਂ ਹਰ ਘਰ 'ਚ ਜਿਹੜਾ ਸੱਦਾ ਦਿੱਤਾ ਅੱਜ ਦੇ ਪ੍ਰੋਗਰਾਮ ਲਈ। ਅਸੀਂ ਮਹਿਸੂਸ ਕਰਦੇ ਹਾਂ ਕਿ ਸਰਕਾਰੀ ਸਕੂਲ ਪਹਿਲਾਂ ਵੀ ਸਮਾਜ ਲਈ ਚੰਗਾ ਭਵਿੱਖ ਜਿਹੜਾ ਸਿਰਜਣ ਦੇ ਵੱਲ ਵਧੇ ਨੇ ਅਤੇ ਹੁਣ ਵੀ ਜਿਹੜਾ ਸਮਾਜ ਨੂੰ ਅੱਗੇ ਜਿਹੜੀ ਚੰਗੀ ਸੇਧ ਦੇਣ 'ਚ ਜਿਹੜੀ ਸਰਕਾਰੀ ਸਕੂਲਾਂ ਦਾ ਵੱਡਾ ਜਿਹੜਾ ਰੋਲ ਅਦਾ ਕਰਦੇ ਨੇ, ਕਿਉਂਕਿ ਜਿੰਨੇ ਵੀ ਤੁਸੀਂ ਅੱਜ ਸ਼ਖਸੀਅਤਾਂ ਦੇਖੋਗੇ ਉਹ ਸਾਰੀਆਂ ਸਰਕਾਰੀ ਸਕੂਲਾਂ 'ਚ ਪੜ੍ਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਅੱਜ ਇੱਥੋਂ ਆਉਣਗੇ, ਭਾਵੇਂ ਕਿ ਹਮੀਰ ਸਿੰਘ ਨੇ ਬੋਲਣਾ ਜਾਂ SDM ਸਾਹਿਬ ਨੇ ਆਉਣਾ, ਇਹ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹੇ ਲੋਕ ਨੇ ਜਿਨ੍ਹਾਂ ਨੇ ਚੰਗੇ ਆਪਣੀ ਜ਼ਿੰਦਗੀ 'ਚ ਕੁਛ ਕਰਕੇ ਦਿਖਾਇਆ ਔਰ ਚੰਗੇ ਮਾਰ ਕੇ ਮਾਰੇ ਨੇ। ਇਸ ਲਈ ਅਸੀਂ ਮਾਪਿਆਂ ਨੂੰ ਅੱਜ ਦੇ ਇਸ ਪਲੇਟਫਾਰਮ ਤੋਂ ਪ੍ਰੇਰਿਤ ਕਰ ਰਹੇ ਹਾਂ ਕਿ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਦਾਖਲ ਕਰਵਾਓ। ਜਦੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਸਾਰੇ ਸੀਨ ਨੂੰ ਤਾਂ ਹਜ਼ਾਰਾਂ ਇਸ ਨਾਭੇ ਤਹਿਸੀਲ 'ਚੋਂ ਲੱਖਾਂ ਲੋਕ ਪ੍ਰਾਈਵੇਟ ਸਕੂਲਾਂ 'ਚੋਂ ਪੜ੍ਹੇ ਹੋਣਗੇ, ਪਰ ਜਿਹੜਾ MLA ਬਣਦਾ ਉਹ ਸਰਕਾਰੀ ਸਕੂਲ 'ਚੋਂ ਪੜ੍ਹੇ ਆ, ਸ਼੍ਰੀ ਦੇਵਮਾਨ ਜੀ ਬਣਦੇ ਨੇ। ਅਤੇ ਜਦੋਂ ਅਸੀਂ ਪੰਜਾਬ ਦੇ ਸੀਨ 'ਚ ਦੇਖਦੇ ਹਾਂ ਕਿ ਜਦੋਂ
ਲੱਖਾਂ ਲੋਕ ਬੜੇ ਦੂਰ ਸਕੂਲ ਬੜੇ ਸਕੂਲਾਂ 'ਚ ਪੜ੍ਹੇ ਹੋਣਗੇ, ਪਰ ਪੰਜਾਬ ਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਬਣਦੇ ਹਨ ਤਾਂ ਉਹ ਸਰਕਾਰੀ ਸਕੂਲ 'ਚੋਂ ਬੜੇ ਬਣਦੇ, ਇਸ ਲਈ ਸਰਕਾਰੀ ਸਕੂਲਾਂ 'ਚ ਪੜ੍ਹੇ ਲੋਕ ਸਮਾਜਿਕ ਸਰੋਕਾਰਾਂ ਨਾਲ ਜੁੜੇ ਲੋਕ ਪੈਦਾ ਹੁੰਦੇ ਨੇ। ਅਤੇ ਜਦੋਂ ਇਸ ਧਰਤੀ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭੱਲੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਸਾਰੇ ਬੱਚੇ, ਅਮੀਰ ਗਰੀਬ ਦੇ ਬੱਚੇ ਜਦੋਂ ਇੱਕ ਦੂਜੇ ਤੋਂ ਸਿੱਖਦੇ ਆ, ਉਹ ਸਰਕਾਰੀ ਸਕੂਲਾਂ 'ਚ ਚੰਗਾ ਮਾਹੌਲ ਹੁੰਦਾ। ਅਤੇ ਇਸ ਲਈ ਜੇ ਚੰਗੀ ਸੁਸਾਇਟੀ ਅਸੀਂ ਸਿਰਜਣੀ ਹੈ ਤਾਂ ਉਹ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਚੰਗਾ ਮਾਹੌਲ ਬਣਾ ਕੇ ਅਸੀਂ ਸਿਰ ਸਕਦੇ ਹਾਂ। ਇਹ ਸਾਰਾ ਪ੍ਰੋਗਰਾਮ ਅਸੀਂ ਲੋਕਾਂ ਨੂੰ ਜਥੇਬੰਦ ਕਰਕੇ, ਲੋਕਾਂ ਤੋਂ ਹੀ ਜਿਹੜੇ ਸਾਰੇ ਲੰਗਰਾਂ ਲਈ ਜੋ ਵੀ ਪ੍ਰਬੰਧ ਕੀਤੇ ਆ ਉਹ ਸਾਰੇ ਅਸੀਂ, ਜਿਵੇਂ ਮੰਨ ਲਓ ਅੱਜ ਦਾ ਪੈਲਸ ਆ, ਅਸੀਂ ਇਹ ਲੋਕ ਹਿੱਤ ਹੀ ਇਹਨਾਂ ਤੋਂ ਅਪੀਲ ਕਰਕੇ ਲਿਆ। ਅਤੇ ਸਾਰੇ ਜਿਹੜੇ ਪ੍ਰਬੰਧ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦਾ ਪ੍ਰੋਗਰਾਮ ਆ, ਲੋਕਾਂ ਦੇ ਬੱਚਿਆਂ ਲਈ ਹੈ, ਇਸ ਲਈ ਲੋਕਾਂ ਦੇ ਨਾਲ ਇਕੱਠੇ ਹੋ ਕੇ ਕੀਤਾ, ਅਧਿਆਪਕਾਂ ਦੇ ਯਤਨ ਵਾਲਾ, ਜਿਹੜੇ ਸਾਰੀਆਂ ਸਾਰੀਆਂ ਜਿਹੜੀਆਂ ਪਰਫੋਰਮੈਂਸ ਨੇ ਹੋ ਰਹੀਆਂ ਨੇ ਅਤੇ ਅਧਿਆਪਕਾਂ ਦੀ ਅਪੀਲ 'ਤੇ ਹੀ ਲੋਕ ਆਏ ਨੇ। ਡੈਕੋਰੇਸ਼ਨ ਜਿਹੜੀ ਕੀਤੀ ਹੋਈ ਉਹ ਵੀ ਵਿਆਹ ਵਾਲੇ ਮਾਹੌਲ। ਹਾਂ, ਸਾਨੂੰ ਇਹ ਲੱਗਦਾ ਸੀ ਕਿ ਅਸੀਂ ਲੋਕਾਂ 'ਚ ਇੱਕ ਮੈਸੇਜ ਦਈਏ ਕਿ ਪ੍ਰਾਈਵੇਟ ਸਕੂਲ ਤੁਹਾਡੇ ਤੋਂ ਜਦੋਂ ਵੀ ਫੰਕਸ਼ਨ ਰੱਖਦੇ ਨੇ ਹਰ ਚੀਜ਼ ਦੇ ਪੈਸੇ ਲੈਂਦੇ ਨੇ, ਚਾਹੇ ਉਹ ਚਾਹ ਪਿਲਾਉਂਦੇ ਨੇ, ਚਾਹੇ ਤੁਹਾਨੂੰ ਖਾਣ ਨੂੰ ਦਿੰਦੇ ਨੇ, ਸਭ ਕਾਇਆ ਦੇ ਪੈਸੇ ਲੱਗਦੇ ਨੇ। ਪਰ ਅਸੀਂ ਸਾਰਾ ਇਹ ਲੋਕਾਂ ਲਈ ਜਿਹੜਾ ਫਰੀ 'ਚ ਜਿਹੜਾ ਸਾਰਾ ਕੁਛ ਕੀਤਾ, ਇਸ ਲਈ ਸਾਨੂੰ ਇਹ ਸੱਦਾ ਦੇਣ ਦੀ ਕੋਸ਼ਿਸ਼ ਕਿ ਸਾਡੇ ਸਰਕਾਰੀ ਸਕੂਲਾਂ 'ਚ ਅਸੀਂ ਕੋਈ ਫੀਸ ਨਹੀਂ ਲੈਂਦੇ, ਅਸੀਂ ਕੋਈ ਪ੍ਰੋਗਰਾਮ ਦੀ ਫੀਸ ਨਹੀਂ ਲੈਂਦੇ, ਅਤੇ ਆਓ ਇਹਨਾਂ ਨੂੰ ਆਪਾਂ ਹੋਰ ਬਿਹਤਰ ਕਰੀਏ। ਅਤੇ ਕਿਉਂਕਿ ਲੋਕਾਂ ਦਾ ਜੇ ਭਵਿੱਖ ਦੇਖਦੇ ਹਾਂ ਤਾਂ ਨੌਕਰੀਆਂ ਦਾ ਭਵਿੱਖ ਹੀ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਵਿੱਚ ਹੀ ਹੈ। ਹਾਂ, ਮੈਨੂੰ ਲੱਗਦਾ ਇੱਕ ਬਹੁਤ ਵਧੀਆ ਉਪਰਾਲਾ ਹੈ, ਕਾਰਨ ਇਹੀ ਹੈ ਕਿ ਟੀਚਰਾਂ ਨੇ ਉਪਰਾਲਾ ਕੀਤਾ, ਸਮਾਜ ਦੀ ਵੀ ਉਹਦੇ 'ਚ ਭੂਮਿਕਾ ਹੈ, ਸਾਰਿਆਂ ਨੇ, ਕਿਸੇ ਨੇ ਕੋਈ ਕੰਟਰੀਬਿਊਟ ਕੀਤਾ, ਕਿਸੇ ਨੇ ਕੁਛ ਕੰਟਰੀਬਿਊਟ ਕੀਤਾ, ਔਰ ਇਹ ਬਹੁਤ ਵੱਡੇ ਪਲੇਟਫਾਰਮ ਨੇ ਜਿਹੜੇ ਬੱਚਿਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ, ਸ਼ਖਸੀ ਵਿਕਾਸ ਦੇ ਵਿੱਚ ਬਹੁਤ ਯੋਗਦਾਨ ਪਾਉਣਗੇ। ਔਰ ਮੇਰੇ ਖਿਆਲ ਹੈ ਕਿ ਕਾਫੀ ਸਮੇਂ ਤੋਂ ਹੁਣ ਟੀਚਰ ਵੀ ਅਤੇ ਐਡਮਿਨਿਸਟ੍ਰੇਸ਼ਨ ਥੋੜ੍ਹੀ ਸਿੰਸੀਅਰ ਤਾਂ ਹੋਈ ਹੈ ਕਿ ਗੌਰਮੈਂਟ ਸਕੂਲਾਂ 'ਚ ਦਾ ਜਿਹੜਾ ਪੁਰਾਣਾ ਹਾਲ ਸੀ ਉਹਦੇ ਨਾਲੋਂ ਤਾਂ ਫਰਕ ਪੈ ਰਿਹਾ ਉਸ ਪੱਧਰ ਦੇ ਉੱਤੇ। ਔਰ ਇੱਕ ਇਹ ਵੀ ਗੱਲ ਹੈ, ਜਿਵੇਂ ਹੁਣ ਬੱਚਿਆਂ ਨੂੰ ਟੀਚਰ ਸੰਗਾਰ ਕੇ ਲਿਆ ਰਹੇ ਨੇ, ਆਫਟਰ ਆਲ ਉੱਥੇ ਵੀ ਇਹਨਾਂ ਨੂੰ ਤਿਆਰੀ ਕਰਾਈ ਹੋਣੀ ਹੈ ਅਤੇ ਇੱਥੇ ਆ ਕੇ ਤਿਆਰੀ ਕਰਦੇ ਨੇ, ਤਾਂ ਜਿਹੜੇ ਲੋਕ ਇਹੀ ਦੇਖਦੇ ਸੀ ਨਾ ਇਕੱਲੇ ਵੀ ਪ੍ਰਾਈਵੇਟ ਸਕੂਲ 'ਚ ਬੱਚਾ ਟਾਈ ਲਾ ਕੇ ਜਾ ਰਿਹਾ, ਥੋੜ੍ਹਾ ਬਹੁਤ ਇਹ ਪਰਸਨੈਲਿਟੀ, ਅਤੇ ਜੇ ਮੁਫਤ ਦੇ ਵਿੱਚ ਇਹੋ ਜਿਹੀ ਐਜੂਕੇਸ਼ਨ ਇੱਥੇ ਮਿਲੇ ਤਾਂ ਸ਼ਾਇਦ ਹੋਰ ਬੰਦੇ ਵੀ ਜਿਹੜੇ ਬਹੁਤ ਮਿਹਨਤ ਮੁਸ਼ਕਤ ਕਰਕੇ ਵੱਡੀਆਂ ਫੀਸਾਂ ਭਰਦੇ ਨੇ ਉਹ ਵੀ ਸ਼ਾਇਦ ਸਰਕਾਰੀ ਸਕੂਲਾਂ ਵੱਲ ਮੋੜਾ ਘੱਟ ਲੈਣਗੇ, ਕਿਉਂਕਿ ਉਨੇ ਪੈਸੇ ਹੁੰਦੇ ਨਹੀਂ, ਪਰ ਬੰਦਾ ਮਜਬੂਰ ਹੋ ਕੇ ਕਈ ਵਾਰ ਜਾਂਦਾ। ਜਿਵੇਂ ਸਿਹਤ ਦੇ ਖੇਤਰ ਦੇ ਵਿੱਚ ਹੁੰਦਾ, ਜੇ ਗੌਰਮੈਂਟ ਹਸਪਤਾਲਾਂ 'ਚ ਇਲਾਜ ਚੰਗਾ ਹੋਵੇ, ਡਾਕਟਰ ਚੰਗੇ ਆ ਜਾਣ, ਤਾਂ ਭੀੜ ਉੱਧਰ ਸਟਾਰਟ ਹੋ ਜਾਂਦੀ ਹੈ ਲੱਗਣੀ, ਔਰ ਇੱਕ ਚੰਗਾ ਉਦਮ ਹੈ ਬਹੁਤ ਵੱਡੇ ਪੱਧਰ। ਪੜ੍ਹਾਈ ਦੇ ਨਾਲ ਨਾਲ ਇਹ ਐਕਟੀਵਿਟੀ ਵੀ ਜ਼ਰੂਰੀ ਹੈ, ਇੱਥੋਂ ਹੀ ਲੜਕੇ ਕੰਪਿਊਟਰ ਜਿਹੜਾ ਫਿਊਚਰ ਬ੍ਰਾਈਟ ਹੁੰਦਾ ਹੈ, ਕਿਵੇਂ ਦੇਖਦੇ ਹੋ? ਨਹੀਂ, ਬਿਲਕੁਲ, ਅਸਲ 'ਚ ਪਰਸਨੈਲਿਟੀ ਦਾ ਵਿਕਾਸ ਡਬਲ ਹੈ, 50% ਉਹਦੇ 'ਚ ਅੱਖਰ ਗਿਆਨ ਦਾ ਰੋਲ ਹੁੰਦਾ ਅਤੇ 50% ਉਹਦੇ 'ਚ ਬਾਕੀ ਐਕਸਟਰਾ ਕਰਿਕੁਲਮ, ਜਿਹਨੂੰ ਆਪਾਂ ਕਹਿੰਦੇ ਹਾਂ, ਚਾਹੇ ਖੇਡਾਂ ਹੋਣ, ਚਾਹੇ ਉਹ ਐਸੀਆ ਕਲਾ ਨਾਲ ਸੰਬੰਧਿਤ, ਕਿਉਂਕਿ ਉਹ ਬੱਚਿਆਂ ਦੇ ਅੰਦਰਲੀ ਕਲਾ ਜਿਹੜੀ ਹੈ, ਜੇਕਰ ਉਹ ਉੱਭਰ ਕੇ ਸਾਹਮਣੇ ਨਹੀਂ ਆਉਂਦੀ, ਸਾਹਮਣੇ ਇਸ ਲਈ ਨਹੀਂ ਆਉਂਦੀ ਕਿਉਂਕਿ ਉਹਨਾਂ ਕੋਲ ਮੰਚ ਨਹੀਂ ਹੈ, ਅਤੇ ਜੇ ਮੰਚ ਪ੍ਰੋਵਾਈਡ ਕੀਤੇ ਜਾਣਗੇ ਉਹਨਾਂ 'ਚੋਂ ਹੀ ਬੰਦੇ ਕਲਾਕਾਰ ਨਿਕਲੇ ਆਉਂਦੇ ਨੇ। ਅੱਜ ਕੱਲ੍ਹ ਆਪਾਂ ਦੇਸ਼ ਪੱਧਰ 'ਤੇ ਦੇਖਦੇ ਹਾਂ ਕਈ ਗਰੀਬ ਪਰਿਵਾਰਾਂ 'ਚੋਂ ਵੱਡੇ ਪਲੇਅਰ ਬਣ ਰਹੇ ਨੇ ਅਤੇ ਵੱਡੇ ਕਲਾਕਾਰ ਬਣ ਰਹੇ ਨੇ ਵੱਖ ਵੱਖ ਮਾਮਲਿਆਂ 'ਚ, ਇਹ ਮੌਕੇ ਜ਼ਰੂਰ ਮਿਲਣੇ ਚਾਹੀਦੇ ਨੇ ਅਤੇ ਇਹੀ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਨੇ, ਔਰ ਇਹ ਬਹੁਤ ਚੰਗਾ ਉਪਰਾਲਾ ਮੈਨੂੰ ਲੱਗਦਾ ਕਿ ਇਹੋ ਜਿਹੇ ਉਪਰਾਲੇ ਸਗੋਂ ਪੂਰੇ ਪੰਜਾਬ ਭਰ 'ਚ ਜੇ ਹੋਣ ਲੱਗ ਜਾਣ ਤਾਂ ਪੰਜਾਬ ਦੀ ਕਾਇਆਕਲਪ ਹੋ ਜਾਏਗੀ ਅਤੇ ਸਾਰੇ ਲੋਕਾਂ ਨੂੰ ਬਰਾਬਰ ਦੇ ਮੌਕੇ ਵੀ ਮਿਲਣਗੇ। ਹਾਂਜੀ, ਜੋ ਅੱਜ ਮੈਂ ਦੇਖ ਰਹੀ ਹਾਂ ਐਡੇ ਲੈਵਲ 'ਤੇ ਜੋ ਵੱਲੋਂ ਐਡਾ ਵਧੀਆ ਉਪਰਾਲਾ ਚੱਕਿਆ ਗਿਆ ਕਿ ਆਪਣੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਇੰਨੀ ਸੋਹਣੀ ਪਰਫੋਰਮੈਂਸ ਕੀਤੀ ਹੈਗੀ, ਅਤੇ ਮੈਂ ਕਹਿੰਦੀ ਹਾਂ ਵੀ ਅੱਗੇ ਤੋਂ ਵੀ ਐਵੇਂ ਦੇ ਪਲੇਟਫਾਰਮ ਬੱਚਿਆਂ ਨੂੰ ਮਿਲਣੇ ਚਾਹੀਦੇ ਨੇ ਤਾਂ ਜੋ ਅੱਗੇ ਵੀ ਹੋਰ ਵੀ ਤਰੱਕੀ ਕਰ ਸਕਣ। ਇੱਕ ਜਿੱਦਾਂ ਡਰੀਮ ਲੱਗ ਰਿਹਾ ਮੈਨੂੰ ਕਿ ਸਰਕਾਰੀ ਸਕੂਲ ਦੇ ਬੱਚੇ ਵੀ ਇਸ ਲੈਵਲ 'ਤੇ ਪਹੁੰਚ ਗਏ ਆਗੇ, ਅਤੇ ਜੋ ਇਹਨਾਂ ਦੇ ਟੀਚਰਸ ਵੱਲੋਂ ਐਫਰਟਸ ਕੀਤੇ ਗਏ ਨੇ ਉਹ ਤਾਂ ਮੀਨਜ਼
ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਨੇ ਕਿ ਮੇਰੇ ਵੱਲੋਂ ਵੀ ਇਹੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਹੁਣ ਜੋ ਜਿਹੜੇ ਲੈਵਲ 'ਤੇ ਆਪਣੇ ਸਰਕਾਰੀ ਸਕੂਲ ਦੇ ਬੱਚੇ ਜਾਂ ਸਕੂਲ ਜਾ ਰਹੇ ਹੈਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਪੇਰੈਂਟਸ ਨੂੰ ਝਿਜਕਣਾ ਚਾਹੀਦਾ ਕਿ ਆਪਾਂ ਸਰਕਾਰੀ ਸਕੂਲ ਵਿੱਚ ਪੜ੍ਹਾਈਏ ਬੱਚਿਆਂ ਨੂੰ। ਪੜ੍ਹਾਈ ਪ੍ਰੋਗਰਾਮ ਹੋ ਰਿਹਾ, ਨੰਨੀਆਂ ਪੈਣਾਂ ਦਾ ਪ੍ਰੋਗਰਾਮ ਹੋ ਰਿਹਾ, ਇਹਦੇ 'ਚ ਦੇਖਣ ਨੂੰ ਇਹ ਮਿਲ ਰਿਹਾ ਵੀ ਜਿਹੜੇ ਬੱਚੇ ਨੇ ਸਾਡੇ ਆਉਣ ਵਾਲੇ ਭਵਿੱਖ ਸਾਡਾ ਉਹ ਬਹੁਤ ਉਤਸ਼ਾਹ ਹੋ ਰਿਹਾ। ਮੈਂ ਤਾਂ ਵਧਾਈ ਦਿੰਦਾ ਟੀਚਰ ਸਾਹਿਬਾਨ ਨੂੰ ਅਤੇ ਮਾਪੇ ਸਾਹਿਬਾਨ ਨੂੰ ਜਿਹੜੇ ਦੁਬਾਰਾ ਪ੍ਰਾਈਵੇਟ ਸਕੂਲ ਜਿਹੜਾ ਸਰਕਾਰੀ ਸਕੂਲਾਂ ਜਿਹੜਾ ਦੁਬਾਰਾ ਮੁੱਖ ਕਰ ਰਹੇ ਨੇ, ਉਹਨਾਂ ਨੂੰ ਜਿਹੜੀ ਉਤਸ਼ਾਹ ਕਰ ਰਹੇ ਨੇ। ਔਰ ਮੈਂ ਤਾਂ ਇਹ ਬੇਨਤੀ ਵੀ ਕਰੂੰਗਾ ਸਾਡੇ ਸਾਰੇ ਸਮਾਜ ਨੂੰ ਵੀ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੇ ਇਹ ਸਰਕਾਰੀ ਸਕੂਲਾਂ ਦੇ ਵਿੱਚ ਹੀ ਭੇਜਿਆ ਜਾਵੇ, ਕਿਉਂਕਿ ਜਿਹੜਾ ਭਵਿੱਖ ਹੈ ਉਹ ਸਾਡਾ ਸਰਕਾਰੀ ਸਕੂਲਾਂ ਦੇ ਵਿੱਚ ਹੈ। ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਸਾਡਾ ਕੁੱਲ ਉਜਾੜਾ ਕੁੱਲ ਮਿਲਾ ਕੇ ਸਾਰਾ ਸਾਡੀ ਪੈਸੇ ਦੀ ਬਰਬਾਦੀ ਹੈ। ਔਰ ਪੜ੍ਹਾਈ ਇਹਨਾਂ ਸਕੂਲਾਂ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ, ਔਰ ਇਹ ਦੇਖ ਕੇ ਬੜੀ ਖੁਸ਼ੀ ਵੀ ਮਹਿਸੂਸ ਹੋਈ ਹੈ ਵੀ ਸਰਕਾਰੀ ਤੌਰ 'ਤੇ ਜਿਹੜਾ ਕਲਸਟਰ ਸਾਡੇ ਸਕੂਲ ਨੇ ਸਾਡੇ ਇਹ ਜਿਹੜੇ ਨੰਨੀਆਂ ਪੜਾ ਪ੍ਰੋਗਰਾਮ ਕਰਾ ਰਹੇ ਨੇ, ਔਰ ਇਹ ਦੇਖ ਕੇ ਸਾਡੇ ਹੋਰ ਬੱਚੇ ਵੀ ਉਤਸ਼ਾਹ ਹੋਣਗੇ, ਔਰ ਸਾਡੇ ਟੀਚਰਾਂ ਨੂੰ ਅਤੇ ਸਾਡੇ ਇਲਾਕੇ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਵੀ ਬੜਾ ਉਤਸ਼ਾਹ ਮਿਲੂਗਾ ਇਸ ਗੱਲ ਦੇ ਨਾਲ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਫਿਫਥ ਜੀ। ਅੱਜ ਤੇ ਤੁਸੀਂ ਕਿਹੜੀ ਪਰਫਾਰਮੈਂਸ ਕੀਤੀ ਆ? ਭਾਸ਼ਣ। ਤੁਹਾਨੂੰ ਲੱਗਦਾ ਹੈ ਕਿ ਸਾਨੂੰ ਹਰੇਕ ਬੱਚੇ ਨੂੰ ਸਰਕਾਰੀ ਸਕੂਲ 'ਚ ਪੜ੍ਹਾਉਣਾ ਚਾਹੀਦਾ ਹੈ? ਪਰਫਾਰਮੈਂਸ ਬਹੁਤ ਵਧੀਆ ਨੇ, ਇਹ ਫੰਕਸ਼ਨ ਵੀ ਬਹੁਤ ਵਧੀਆ ਹੈ, ਅਤੇ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਮਾਪਿਆਂ ਨੂੰ ਵੀ ਆਪਣੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ। ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ, ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਹੋਣੇ ਚਾਹੀਦੇ ਨੇ। ਇਸ ਪ੍ਰੋਗਰਾਮ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰੇਕ ਜਿਹੜੀ ਚੀਜ਼ ਹੈ ਉਹ ਵਧੀਆ ਢੰਗ ਨਾਲ ਅਤੇ